ਸਾਡੇ ਮਹਿਮਾਨ ਨੇ ਜਸਪ੍ਰੀਤ ਹੋਰੀ ਕੈਂਟ ਵਾਟਰ ਤੋਂ ਤੁਸੀਂ ਕਈ ਦਿਨਾਂ ਤੋਂ ਕੈਂਟ ਵਾਟਰ ਦੀ ਐਡ ਸੁਣ ਰਹੇ ਹੋ ਔਰ ਟੀਵੀ ਉੱਤੇ ਵਾਚ ਵੀ ਕਰ ਰਹੇ ਹੋਵੋਗੇ ਡੈਫੀਨੇਟਲੀ ਤਾਂ ਕਿਉਂ ਇਸ ਲੋੜ ਹੈ ਸਾਨੂੰ ਇਸ ਤਰ੍ਹਾਂ ਦੇ ਫਿਲਟਰਸ ਦੀ ਆਪਣੇ ਇਸ ਮੁਲਕ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿਹੜਾ ਸਾਡਾ ਪਾਣੀ ਘਰਾਂ 'ਚ ਆਉਂਦਾ ਹੈ ਉਹ ਬੜਾ ਸਾਫ਼ ਸੁਥਰਾ ਹੁੰਦਾ ਹੈ ਪੀਣ ਲਾਇਕ ਹੁੰਦਾ ਹੈ ਕੋਈ ਇੰਪਿਉਰਿਟੀਜ਼ ਨਹੀਂ ਹੁੰਦੀਆਂ ਪਰ ਸ਼ਾਇਦ ਤੁਹਾਡੀ ਗਲਤ ਫਹਿਮੀ ਹੋਵੇ ਕਿਉਂਕਿ ਜਿਹੜੇ ਲੋਕ ਇਸ ਫੀਲਡ 'ਚ ਕੰਮ ਕਰਦੇ ਆ ਉਹ ਬਿਹਤਰ ਜਾਣਕਾਰੀ ਰੱਖਦੇ ਇਹਦੇ ਬਾਰੇ ਤੇ ਜਸਪ੍ਰੀਤ ਤੁਹਾਡਾ ਨੇੜੇ ਆ ਜਾਓ ਥੋੜ੍ਹਾ ਜਿਹਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦਿਓ ਸਾਨੂੰ ਥੋੜ੍ਹੀ ਜਾਣਕਾਰੀ ਕਿ ਕਿਸ ਤਰ੍ਹਾਂ ਤੁਹਾਡਾ ਜਿਹੜਾ ਫਿਲਟਰ ਹੈ ਇਹ ਵਰਕ ਕਰਦਾ ਹੈ ਸੋ ਬੇਸਿਕਲੀ ਭਾਜੀ ਇੱਥੇ ਬੜੀ ਈਜ਼ੀ ਜੀ ਚੀਜ਼ ਹੈਗੀ ਕੈਨੇਡੀਅਨ ਵਾਟਰ ਨੈਚੁਰਲੀ ਹਾਰਡ ਹੁੰਦਾ ਹੀ ਹੈ ਬਟ ਫਰਕ ਕੀ ਪੈਂਦਾ ਲੋਕਾਂ ਨੂੰ ਨੌਲੇਜ ਤਦੋਂ ਮਿਲਦੀ ਹੈ ਜਦੋਂ ਯੂ ਨੋ ਦੇ ਫੇਸ ਦੇਅਰ ਓਨ ਕੰਸੀਕਵੈਂਸਿਸ ਜੀ ਹੁੰਦਾ ਕੀ ਹੈ ਲੋਕਾਂ ਨੂੰ ਓਵਰ ਦਾ ਟਾਈਮ ਹੇਅਰ ਫਾਲ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਕੁਝ ਲੋਕਾਂ ਨੂੰ ਸਕਿਨ ਡਰਾਈਨੈਸ ਰੈਗੂਲਰ ਹੀ ਰਹਿੰਦੀ ਹੈ ਦੇ ਆਰ ਇਨ ਅ ਹੈਬਿਟ ਆਫ ਯੂਜ਼ਿੰਗ ਕਰੀਮ ਮੋਇਸਚਰਾਈਜ਼ਰ ਲਗਾਉਂਦੇ ਰਹਿੰਦੇ ਨੇ ਉਹਨਾਂ ਨੂੰ ਲੱਗਦਾ ਕਿ ਇਟਸ ਕੁਆਈਟ ਨੈਚੁਰਲ ਵਿਦ ਐਵਰੀਵਨ ਬਟ ਯੂ ਡੂ ਹੈਵ ਸੋਲੂਸ਼ਨਸ ਫਾਰ ਆਲ ਦੀਸ ਥਿੰਗਸ ਇੱਥੇ ਬਹੁਤ ਕਾਮਨ ਜੀ ਚੀਜ਼ ਹੈਗੀ ਜਦੋਂ ਵੀ ਲੋਕਾਂ ਨੂੰ ਸਕਿਨ ਡਰਾਈਨੈਸ ਦੀ ਪ੍ਰੋਬਲਮ ਹੋਵੇ ਹੇਅਰ ਲੋਸ ਦੀ ਪ੍ਰੋਬਲਮ ਹੋਵੇ ਉਹਨਾਂ ਦੇ ਲਈ ਸੋਫਟਨਰਸ ਆਉਂਦੇ ਨੇ ਯੂ ਕੈਨ ਜਸਟ ਮੇਕ ਯਰ ਵਾਟਰ ਗੋ ਸੋਫਟ ਜਿੰਨਾ ਪਾਣੀ ਸੋਫਟ ਰਹੇਗਾ ਤੁਹਾਡੇ ਲਈ ਉਹਨਾਂ ਬੈਨੀਫਿਸ਼ੀਅਲ ਹੁੰਦਾ ਹੈ ਹੇਅਰ ਲੋਸ ਦੀ ਪ੍ਰੋਬਲਮ ਸਕਿਨ ਡਰਾਈਨੈਸ ਦੀ ਪ੍ਰੋਬਲਮ ਤੁਹਾਡੀ ਲਾਂਡਰੀ ਦੀ ਪ੍ਰੋਬਲਮਸ ਕਦੀ ਕਦੀ ਲੋਕੀ ਨੋਟਿਸ ਕਰਦੇ ਨੇ ਕੱਟ ਲੈਦਰ ਬਣਦਾ ਹੈ ਕੱਟ ਫੋਮ ਬਣਦਾ ਹੈ ਜਦੋਂ ਵੀ ਇਹ ਸਾਰੀ ਚੀਜ਼ਾਂ ਨੋਟਿਸ ਹੁੰਦੀਆਂ ਨੇ ਇਹ ਸਾਰੇ ਸਿਮਟਮ ਹੁੰਦੇ ਨੇ ਤੁਹਾਡੇ ਪਾਣੀ ਦੇ ਹਾਰਡ ਹੋਣ ਤੋਂ ਸਭ ਤੋਂ ਵੱਡਾ ਸਿਮਟਮ ਹੈਗਾ ਇੱਥੇ ਲੋਕੀ ਆਪਣੇ ਘਰਾਂ ਨੂੰ ਬੜਾ ਕਲੀਨ ਰੱਖਣ ਦੀ ਕੋਸ਼ਿਸ਼ ਕਰਦੇ ਨੇ ਬਟ ਉੱਥੇ ਵੀ ਉਹ ਨੋਟਿਸ ਕਰਦੇ ਨੇ ਉਹਨਾਂ ਦੇ ਸ਼ਾਵਰ ਹੈਡ ਦੇ ਕਿਚਨ ਦੇ ਉੱਤੇ ਹਰ ਜਗ੍ਹਾ ਸਕੇਲਿੰਗ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਚਿੱਟੇ ਚਿੱਟੇ ਸਪੋਟ ਸਮਾਲ ਸਪੋਟਸ ਨਜ਼ਰ ਆਉਂਦੇ ਨੇ ਦੇ ਆਰ ਕੈਲਸ਼ੀਅਮ ਡਿਪੋਜ਼ਿਟਸ ਇਹ ਸਾਰੀ ਚੀਜ਼ਾਂ ਨੂੰ ਸੋਲਵ ਕਰਨ ਲਈ ਸੋਫਟਨਰ ਲੱਗਦਾ ਹੈ ਉਸ ਤੋਂ ਬਾਅਦ ਮੇਨ ਗੱਲ ਆਉਂਦੀ ਹੈ ਤੁਹਾਡੀ 70% ਆਫ ਦਾ ਬਾਡੀ ਇਜ਼ ਵਾਟਰ ਐਂਡ ਦੈਨ ਜਿਹੜੀ ਵੀ ਚੀਜ਼ ਤੁਸੀਂ ਪੀ ਰਹੇ ਇਟਸ ਕੁਆਈਟ ਹਾਰਮਫੁਲ ਐਂਡ ਦੈਨ ਇਟਸ ਕੁਆਈਟ ਯੂ ਨੋ ਬੈਡ ਫਾਰ ਯੋਰ ਥਿੰਗਸ ਗੋਇੰਗ ਇਨਸਾਈਡ ਇਹਨੂੰ ਅਸੀਂ ਬਾਡੀ ਸਕੇਲਿੰਗ ਕਹਿੰਦੇ ਨੇ ਬਾਡੀ ਸਕੇਲਿੰਗ ਮੀਨਸ ਕਿ ਕੁਝ ਲੋਕਾਂ ਨੂੰ ਓਵਰ ਦਾ ਟਾਈਮ ਇਨਡਾਈਜੈਸ਼ਨ ਇਸ਼ੂਜ਼ ਰਹਿੰਦੇ ਨੇ ਕੁਝ ਲੋਕਾਂ ਨੂੰ ਪੱਥਰੀ ਦੀ ਪ੍ਰੋਬਲਮ ਆਉਂਦੀ ਹੈ ਜਿੰਨਾ ਭਾਰੀ ਪਾਣੀ ਤੁਸੀਂ ਪੀਂਦੇ ਹੋ ਸਪੈਸ਼ਲੀ ਆਈ ਵੁੱਡ ਸੇ ਇਹਦੇ ਲਈ ਟੈਸਟ ਵਗੈਰਾ ਕਰਦੇ ਰਹਿੰਦੇ ਹੋਵੋਗੇ ਅਸੀਂ ਯੂਜੂਲੀ ਕੀ ਕਰਦੇ ਨੇ ਇਟਸ ਅ ਵੈਰੀ ਸਿੰਪਲ ਥਿੰਗ ਕਿਸੇ ਵੀ ਲੋਕਾਂ ਨੂੰ ਦਿਖਾਉਣ ਲਈ ਕਿ ਉਹ ਕੀ ਪ੍ਰੋਬਲਮ ਫੇਸ ਕਰ ਰਹੇ ਨੇ ਉਹਨਾਂ ਦੀ ਡੇ ਟੂ ਡੇ ਲਾਈਫ ਐਕਟੀਵਿਟੀਜ਼ ਅਸੀਂ ਪਹਿਲਾਂ ਉਹਨਾਂ ਤੋਂ ਜਾ ਕੇ 1 ਘੰਟੇ ਦੀ ਕੰਸਲਟੇਸ਼ਨ ਕਰਦੇ ਨੇ ਕੰਸਲਟੇਸ਼ਨ ਫ੍ਰੀ ਹੁੰਦੀ ਹੈ ਕਿਸੇ ਵੀ ਬੰਦੇ ਨੂੰ ਕੋਈ ਉਹਨਾਂ ਦੇ ਘਰ ਦਾ ਸੈਂਪਲ ਲੈ ਕੇ ਉਹਨਾਂ ਦੇ ਘਰ ਦੇ ਅੰਦਰ ਹੀ ਟੈਸਟ ਕਰਕੇ ਦਿਖਾਉਂਦੇ ਨੇ ਉਹਨਾਂ ਨੂੰ ਕਿ ਕੀ ਡਿਫਰੈਂਸਿਸ ਆਣਗੇ ਕੀ ਡਿਫਰੈਂਸਿਸ ਨਹੀਂ ਆਣਗੇ ਕਿਵੇਂ ਸਿਸਟਮ ਚੱਲਦਾ ਮੋਸਟ ਇੰਪੋਰਟੈਂਟ ਥਿੰਗ ਇਜ਼ ਡਰਿੰਕਿੰਗ ਵਾਟਰ ਜਿਹੜਾ ਲੋਕੀ ਪਾਣੀ ਪੀਣ ਦੀ ਆਦਤ ਪਾਉਂਦੇ ਨੇ ਉਹਨਾਂ ਨੂੰ ਬੋਟਲ ਵਾਟਰ ਦੀ ਆਦਤ ਪੈ ਜਾਂਦੀ ਹੈ ਬੋਟਲ ਵਾਟਰ ਇਜ਼ ਕੁਆਈਟ ਐਨ ਹਾਰਮਫੁਲ ਥਿੰਗ ਉੱਥੇ ਨਜ਼ਰ ਆ ਰਿਹਾ ਸਾਨੂੰ ਕਿ ਨੋ ਪਲਾਸਟਿਕ ਹੈਗਾ ਹੈ ਪਲਾਸਟਿਕ ਇਜ਼ ਗੈਟਿੰਗ ਮੈਲਟਡ ਬੈਕ ਇਨਸਾਈਡ ਵਾਟਰ ਇਟਸ ਕੁਆਈਟ ਅ ਸਟੈਂਡਰਡ ਥਿੰਗ ਕਿ ਉਹ ਚੀਜ਼ਾਂ ਦੀ ਪ੍ਰੋਬਲਮ ਰਹਿ ਗਈ ਹੈ ਆਈ ਵੁੱਡ ਜਸਟ ਰਿਕੁਐਸਟ ਐਵਰੀਵਨ ਕਿ ਜਿਹੜੇ ਵੀ ਲੋਕਾਂ ਨੂੰ ਇੱਕ ਵਾਰੀ ਇਸ ਚੀਜ਼ ਦੀ ਕੰਸਲਟੇਸ਼ਨ ਵੀ ਲੈਣੀ ਹੈ ਦੇਰ ਇਜ਼ ਨੋ ਹਾਰਮ ਟੇਕਿੰਗ 1 hour ਫਾਰ ਯੋਰ ਓਨ ਲਾਈਫ ਐਂਡ ਦੈਨ ਯੂ ਨੋ ਉਸ ਤੋਂ ਬਾਅਦ ਤੁਸੀਂ ਟੈਸਟ ਦੇਖ ਕੇ ਆਪਣਾ ਡਿਸੀਜਨ ਆਪ ਹੀ ਲੈ ਸਕਦੇ ਹੋ ਤੁਸੀਂ ਦੋ ਤਰ੍ਹਾਂ ਦੇ ਮੇਰੇ ਖਿਆਲ ਸਿਸਟਮ ਲਗਾਉਂਦੇ ਹੋ ਇੱਕ ਤੇ ਪਾਣੀ ਪੀਣ ਵਾਲਾ ਇੱਕ ਜਿਹੜਾ ਘਰ 'ਚ ਵੈਸੇ ਵਰਤਣ ਵਾਲਾ ਅਸੀਂ ਬੇਸਿਕਲੀ ਲਗਾਉਂਦੇ ਤਾਂ 3 types ਦੇ ਹੈਗੇ ਨੇ ਤੀਜਾ ਸਾਡਾ ਕੁਝ ਜ਼ਿਆਦਾ ਅੱਛਾ ਐਂਡ ਸਪੈਸ਼ਲ ਥਿੰਗ ਹੈਗਾ ਐਂਡ ਸਪੈਸ਼ਲੀ ਔਨ ਮੈਡੀਕੇਸ਼ਨ ਪਰਪਸ ਇੱਥੇ ਯੂ ਨੋ ਬੱਚਿਆਂ ਨੂੰ ਐਗਜ਼ੀਮਾ ਦੀ ਬਹੁਤ ਪ੍ਰੋਬਲਮ ਰਹਿੰਦੀ ਹੈ ਅਰਲੀ ਸਟੇਜ ਵਿੱਚ ਕਿਉਂਕਿ ਉਹਨਾਂ ਦੀ ਸਕਿਨ ਡੈਲੀਕੇਟ ਹੁੰਦੀ ਹੈ ਅਗਰ ਸਿਟੀ ਪਾਣੀ ਦੇ ਵਿੱਚ ਕਲੋਰੀਨ ਪਾ ਰਹੀ ਹੈ ਤਾਂ ਫਿਰ ਯੂ ਨੋ ਸਕਿਨ ਤੇ ਰਿਐਕਸ਼ਨ ਹੋਣਾ ਬੜਾ ਨੋਰਮਲ ਹੋ ਜਾਂਦਾ ਹੈ ਲੋਕੀ ਐਗਜ਼ੀਮਾ ਲਈ ਕਰੀਮਸ ਮੋਇਸਚਰਾਈਜ਼ਰ ਲਗਾਉਂਦੇ ਰਹਿੰਦੇ ਨੇ ਪੂਰਾ ਪੂਰਾ ਦਿਨ ਦਵਾਈਆਂ ਖਾਂਦੇ ਨੇ ਇਟਸ ਜਸਟ 1 basic ਥਿੰਗ ਕਿ ਜੇ ਤਾਂ ਉਹਨਾਂ ਦੇ ਘਰੇ ਪਾਣੀ ਅੱਛਾ ਸਾਫ਼ ਰਨ ਹੋਏਗਾ ਉਹਨਾਂ ਨੂੰ ਸਕਿਨ ਦੀ ਵੀ ਚਿਨੇਸਨ ਰੈਸ਼ ਦੀ ਕੋਈ ਪ੍ਰੋਬਲਮ ਨਹੀਂ ਰਹੇਗੀ ਸੋ ਬੇਸਿਕਲੀ 3 types ਦੇ ਪ੍ਰੋਡਕਟ ਹੁੰਦੇ ਨੇ ਬਟ ਹਰੇਕ ਦੀ ਆਪਣੀ ਪਰਸਨਲ ਕਾਲ ਹੁੰਦੀ ਹੈ ਉਹਨਾਂ ਨੂੰ ਕਿਸ ਕਿਸ ਚੀਜ਼ ਦੀ ਲੋੜ ਹੈਗੀ ਕਿਸ ਚੀਜ਼ ਦੀ ਲੋੜ ਨਹੀਂ ਪੈਂਦੀ ਸੋ ਟੈਸਟਿੰਗ ਐਂਡ ਕੰਸਲਟੇਸ਼ਨ ਇਜ਼ ਕੁਆਈਟ ਐਨ ਇੰਪੋਰਟੈਂਟ ਥਿੰਗ ਕਿ ਉਹ ਕਿਵੇਂ ਉਸ ਚੀਜ਼ ਨੂੰ ਯੂ ਨੋ ਪ੍ਰੋਸੀਡ ਕਰ ਸਕਦੇ ਨੇ ਆਈ ਵੁੱਡ ਹਾਈਲੀ ਰਿਕਮੈਂਡ ਐਂਡ ਜਿਹੜੇ ਵੀ ਪ੍ਰਵਾਸੀ ਰੇਡੀਓ ਸ਼ੋਅ ਤੋਂ ਅੱਜ ਆਉਂਦੇ ਨੇ ਮੈਂ ਉਹਨਾਂ ਦੇ ਲਈ ਇੱਕ ਸਪੈਸ਼ਲ ਆਫਰ ਅੱਜ ਲੈ ਕੇ ਆਇਆ ਆਪਣੇ ਨਾਲ ਕਿ ਜਿਹੜੇ ਵੀ ਅੱਜ ਮੇਰੇ ਕੋਲੋਂ ਟੈਸਟਿੰਗ ਕਰਾਉਣਗੇ ਇਨ ਰੀਸੈਂਟ ਟਾਈਮਸ ਉਹਨਾਂ ਨੂੰ ਸਿਰਫ ਮੈਨੂੰ ਇੱਕ ਕੋਡ ਦੱਸਣਾ ਕਿ ਉਹ ਪ੍ਰਵਾਸੀ ਰੇਡੀਓ ਸ਼ੋਅ ਤੋਂ ਰੈਫਰੈਂਸ ਲੈ ਰਹੇ ਨੇ ਉਹਨਾਂ ਦੇ ਲਈ ਮੈਂ $500 ਦਾ ਬੋਨਸ ਰਾਈਟ ਅਵੇ ਪਾ ਦਾਂਗਾ ਐਂਟਾਇਰ ਪ੍ਰੋਡਕਟ ਤੇ ਕੀ ਬਾਤ ਹੈ ਲਓ ਜੀ $500 ਦਾ ਬੋਨਸ ਮਿਲ ਜਾਏਗਾ ਤੁਹਾਨੂੰ ਜੇ ਤੁਸੀਂ ਇਹ ਫਿਲਟਰ ਇਹਨਾਂ ਕੋਲ ਲਗਵਾਓਗੇ ਔਰ ਇਹਨਾਂ ਕੋਲ 3 types ਦੇ ਵੈਸੇ ਫਿਲਟਰ ਹੈ ਲੇਕਿਨ 2 types ਦੇ ਫਿਲਟਰ ਜਿਹੜੇ ਹੈ ਉਹ ਜ਼ਿਆਦਾ ਕਰਕੇ ਜਿਹੜੇ ਹੈ ਉਹ ਮਕਬੂਲ ਹੈ ਲੇਕਿਨ 3 types ਦਾ ਫਿਲਟਰ ਵੀ ਅਵੇਲੇਬਲ ਹੈ ਇਹਨਾਂ ਨੂੰ ਘਰ ਬੁਲਾ ਲਓ ਔਰ ਇਹ ਬੈਠ ਕੇ ਤੁਹਾਨੂੰ ਤੁਹਾਡਾ ਪਾਣੀ ਟੈਸਟ ਕਰਕੇ ਦਿਖਾਉਣਗੇ ਕਿ ਕਿੰਨੀਆਂ ਉਹ 'ਚ ਇੰਪੋਰਟੀਜ਼ ਨੇ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਤੁਹਾਡੇ ਸਾਹਮਣੇ ਹੋਏਗਾ ਔਰ ਤੁਸੀਂ ਆਪ ਜੱਜ ਕਰ ਸਕੋਗੇ ਕਿ ਕਿਸ ਤਰ੍ਹਾਂ ਦਾ ਪਾਣੀ ਤੁਸੀਂ ਪੀ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਪਾਣੀ ਪੀਣਾ ਚਾਹੀਦਾ ਹੈ ਜਿਹੜੀਆਂ ਇੰਪਿਉਰਿਟੀਜ਼ ਨੇ ਕਿਵੇਂ ਉਹਨਾਂ ਨੂੰ ਕਲੀਨ ਕੀਤਾ ਜਾ ਸਕਦਾ ਹੈ ਇਹ ਸਾਰਾ ਕੁਝ ਸੰਭਵ ਹੈ ਵੈਸੇ ਵੀ ਕੈਂਟ ਵਾਟਰ ਜਿਹੜੀ ਇਹਨਾਂ ਦੀ ਇਹ ਕੰਪਨੀ ਹੈ ਕੈਂਟ ਵਾਟਰ ਫਿਲਟਰ ਦੀ ਇਹ ਬੜੀ ਵੱਡੀ
एक तसली कर लो अपनी और टेस्ट करने का कोई पैसा चार्ज नहीं करते, आ जाएंगे तुहाडा पानी तुहानू टेस्ट करके दिखाएंगे, तुहानू अगर लगेगा कि यस तुहानू लोड है फिल्टर लगवाने की, किस तरह का फिल्टर लगवाना है, की कीमत है उहदी, उह बाद दी गल है। लेकिन अज जे तुसीं कॉल करोगे तुहानू $500 का यह जो स्पैशल एक डिस्काउंट इन्हां वल्लों यह मिल रहा है, बहुत वड्डा डिस्काउंट है, इहदा फायदा उठाना चाहो तो कॉल करो। नंबर दे दो अपना जी। मेरा नंबर जी 647-564-0009। लो जी मैं रिपीट कर रहा हूं, 647-564-0009 इन्हां दा नंबर है जसप्रीत दा, 647-564-0009। बहुत बहुत शुक्रिया और तुहाडा फिर जल्दी गल करांगे। थैंक यू सो मच।